ਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਜੀ ਆਇਆਂ ਨੂੰ ਜੀ ਇਹ ਖਾਲਸਾ ਫਿਰ ਦਿੰਦਾ ਹੈ ਮੋਬਾਈਲ ਦਾ ਸਮਾਨ ਇੰਨਾ ਸਸਤਾ ਤਾਜ਼ਾ ਵੱਡੀ ਖਬਰ ਆਈ ਏ ਜੀ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚਾਹਿਆ ਉਹ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਮ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਤੇ ਜਿਨ੍ਹਾਂ ਨੇ ਆਲ ਹਾਪਿੰਗ ਦੇ ਲਿੰਕ ਡਿਸਕ੍ਰਿਪਸ਼ਨ ਚ ਦਿੱਤੇ ਜਾ ਕੇ ਤੁਸੀਂ ਆਲ ਹਾਪਿੰਗ ਕਰ ਸਕਦੇ ਹਾਂ ਜਿਸ ਤਰ੍ਹਾਂ ਤੁਸੀਂ ਜਾਣਦੇ ਹਾਂ ਕਿ ਦਿਨੋਂ ਦਿਨ ਮਹਿੰਗਾਈ ਵਧ ਰਹੀ ਹੈ ਜਿਸ ਕਾਰਨ ਹੋਰ ਹਰ ਕੋਈ ਸਮਝ ਸਸਤਾ ਸਮਾਨ ਖਰੀਦਣ ਦਾ ਸੁਨਹਿਰੀ ਮੌਕਾ ਕਦੇ ਨਹੀਂ ਘਮਾਉਣਾ ਚਾਹਦਾ ਅਜਿਹੀ ਖਬਰ ਉਹਨਾਂ ਲੋਕਾਂ ਲਈ ਜੋ ਸਸਤਾ ਸਮਾਨ ਲੈਣ ਦੇ ਚਾਹਵਾਨ ਨੇ ਆਓ ਜਾਣਦੇ ਹਾਂ ਪੂਰੀ ਜਾਣਕਾਰੀ ਇਸ ਵੀਡੀਓ ਚ ਦੱਸਦੀ ਹੈ ਕਿ ਖਾਲਸਾ ਦੁਕਾਨ ਵਾਲਾ ਪੰਜਾਬ ਦਾ ਸਭ ਤੋਂ ਸਸਤਾ ਮੋਬਾਈਲ ਫੋਨ ਦਾ ਸਮਾਨ ਦੇ ਰਿਹਾ ਹੈ ਜੋ ਮਾਨਸਾ ਦੇ ਲਾਗੇ ਪੰਜਾਬ ਦੇ ਛੋਟੇ ਜਿਹੇ ਪਿੰਡ ਚ ਦੁਕਾਨ ਚ ਕੰਮ ਕਰਦਾ ਹੈ ਜੋ ਪੰਜਾਬ ਦਾ ਸਭ ਤੋਂ ਸਸਤਾ ਮੋਬਾਈਲ ਐਕਸੈਸਰੀਜ਼ ਦਾ ਸਮਾਨ ਹੈ ਵੀਡੀਓ ਸ਼ੇਅਰ ਕਰਦੇ ਫ੍ਰੀ ਚ ਮਿਲੂ ਆਈਫੋਨ ਦੇ 에어포ডস ਜਿੱਥੇ 3 ਰੁਪਏ ਦੀ ਡਾਟਾ ਕੇਬਲ ਤੇ 30 ਰੁਪਏ ਦੇ ਹੈੱਡਫੋਨ ਮਿਲਦੇ ਨੇ ਦੱਸ ਦੇ ਕਿ ਪੰਜਾਬ ਦਾ ਸਭ ਤੋਂ ਸੋਸ਼ਲ ਮਾਈਲਸਮਾਨ ਵੀਡੀਓ ਸ਼ੇਅਰ ਕਰ ਦਿਓ ਮੁਫਤ ਚ ਮਿਲੂ ਆਈਫੋਨ ਦੇ ایرਪੋਡਸ 300 ਰੁਪਏ ਦੀ ਡਾਟਾ ਕੇਬਲ ਤੇ 30 ਰੁਪਏ ਦੇ ਹੈੱਡਫੋਨ ਸਾਦਾ ਗਲਾਸ ਦੱਸ ਦੇ ਕਿ ਸ਼ੇਅਰ ਕਰਨ ਵਾਲਿਆਂ ਨੂੰ ਗਿਫਟ ਵੀ ਦਿੰਦਾ ਹੈ ਦੱਸ ਦੇ ਕਿ ਭਾਰਤ ਇੰਟਰਨੈਟ ਦੀ ਵਰਤੋਂ ਕਰਨ ਵਾਲੇ ਮਾਮਲੇ ਵਿੱਚ ਪੂਰੇ ਵਿਸ਼ੇ ਜਿੰੰਬਰ ਤੇ ਹੈ ਪਾਰਿਸ ਦੇ ਸੰਚਾਰ ਦੇ ਕਾਰਜ ਦੀ ਸੰਖਿਆ ਦੇ ਤਹਿਤ ਕਾਫੀ ਘਟਨੇ ਇਸ ਦੇ ਟੈਲੀਕਮ ਰੈਗੂਲੇਟਰ ਦਾ ਕਹਿਣਾ ਹੈ ਕਿ ਭਾਰਤ ਵਿੱਚ ਪ੍ਰਸੰਗ ਸਤੰਦਰ ਵਿੱਚ 560 ਮਿਲੀਅਨ ਇੰਟਰਨੈਟ ਕਨੈਕਸ਼ਨਸ ਹਨ ਇਸ ਨਾਲ ਵਿੱਚ ਵਧੇਰੇ ਬੰਬਰੇਡਸਮ ਦੇ ਯੂਜ਼ਰ ਦੀ ਵਰਤੋਂ ਆਪਣੇ ਮੋਬਾਈਲ ਫੋਨ ਤੇ ਹੋਰ ਡਿਵਾਈਸਸ ਚ ਕਰਦੇ ਸੀ ਖਬਰਾਂ ਲਾ ਸਕਦੇ ਖਣੇ ਥੋੜਾ ਬਹੁਤ